ਪਤੰਗਾਂ ਦਾ ਸ਼ੂਟ ਚੱਲ ਰਿਹਾ ਆ। ਲੋਹੜੀ ਦੀ ਜਿਹੜੀ ਸ਼ੋਪਿੰਗ ਕੀਤੀ ਗਈ ਆ, ਲੋਹੜੀ ਵਾਲਾ ਪਤੰਗ ਵੀ ਤੁਹਾਨੂੰ ਦਿਖਾ ਦਈਏ। ਆਹ ਦੇਖੋ ਆ ਰਿਹਾ, 4 ਫੁੱਟ ਦਾ ਤਾਂ ਪਤੰਗ ਹੀ ਹੈ, ਲੋਹੜੀ ਵਾਲਾ ਪਤੰਗ, ਬਹੁਤ ਵੱਡਾ ਪਤੰਗ, ਪਾਕਿਸਤਾਨੀ ਪਤੰਗ ਆ ਗਿਆ। ਇਹ ਨਹੀਂ ਆ, ਇਹ ਵੀ ਨਹੀਂ ਆ। ਅੱਛਾ, ਇਹ ਆ ਪਾਕਿਸਤਾਨੀ ਪਤੰਗ। ਅਤੇ ਇਹ ਵਾਲੀ ਡੋਰ ਨਾਲ ਹੀ ਸਾਰਿਆਂ ਨੇ ਪਤੰਗ ਚੜਾਉਣੀ। ਆਮ ਡੋਰ ਹੈਗੀ ਹੈ ਜੀ ਇਹ, ਇਹਨੂੰ ਅਸੀਂ ਪਲਾਸਟਿਕ ਵਾਲੀ ਜਾਂ ਚਾਈਨੀਜ਼ ਡੋਰ ਨਹੀਂ ਹੈਗੀ ਇਹ। ਕਨੇਡਾ ਵਾਲੀ 100 ਰੁਪਏ ਦੀ ਆ ਵੀ ਬਾਹਰ ਦੇ ਕਿੱਦਾਂ ਪਤੰਗ ਲੱਗਾ, ਕਿੰਨੇ ਕਿੰਨੇ ਵਾਲਾ ਇਹ, ਕਿੰਨੇ ਦਾ ਵਾ ਇਹ? 20 ਰੁਪਏ ਦਾ ਵੱਡਾ ਖਰੀਦਣਾ। ਮੱਛੀ ਇਹਨਾਂ ਚੋਂ ਕਿਹੜਾ ਲੈਣਾ ਵੀ ਪਸੰਦ ਕਰੋ ਬੱਚੋ। 100 ਰੁਪਏ ਚ ਲੋਹੜੀ ਵਾਲਾ ਖਰੀਦੋ ਯਾਰ, ਲੋਹੜੀ ਵਾਲਾ ਇਹ ਵੀ 100 ਰੁਪਏ ਦੇ, ਆਹ ਵੀ 100 ਰੁਪਏ ਦੇ ਵਿੱਚ ਹੈ ਜੀ। ਇੱਕ ਲੋਹੜੀ ਖਰੀਦ ਲਾਂਗੇ, ਇੱਕ ਲੋਹੜੀ ਬਾਕੀ 5-5-10 ਵਾਲੇ। ਲਓ ਜੀ ਪਤੰਗ, ਇਹ ਸਾਰੇ 100-100 ਰੁਪਏ ਵਾਲੇ ਪਤੰਗ ਦੇਖਣ ਨੂੰ ਮਿਲਦੇ ਆ। ਲੋਹੜੀ ਵਾਲਾ ਪਸੰਦ ਆ? ਇੱਕ ਲੋਹੜੀ, ਲੋਹੜੀ ਵਾਲੇ 'ਚ ਹੋਰ ਵੀ ਡਿਜ਼ਾਇਨ ਆ, ਇਕੱਲਾ ਇਹੀ ਆ ਨਹੀਂ? ਕਲਰ 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 ਗੁੱਡਾ ਨਹੀਂ ਹੋਣਾ ਵਿੱਚ? ₹20 ਵਾਲੇ ਪਤੰਗ ਜੀ, 10 ਰੁਪਏ ਦੇ ਵਿੱਚ ਭੂਤ ਵਾਲਾ ਪਤੰਗ ਆ ਗਿਆ। ਕੀ ਕਹਿੰਦੇ ਯਾਰ ਇਹਨੂੰ, ਭੂਤ ਵਾਲੇ ਕਹਿੰਦੇ? ਇਹ ਨਾਮ ਕਿੱਥੋਂ ਆਇਆ ਕਾਲੀ ਭੂਤਨੀ? ਇਹ ਕਿੰਨੇ ਦਾ? 10 ਰੁਪਏ ਦਾ ਇਹ, ਠੀਕ ਆ ਜੀ। ਦੋ ਹਜ਼ਾਰ 24 ਇਹ ਨਵਾਂ ਸਾਲ ਚਾਹੀਦਾ, ਨਵਾਂ ਸਾਲ ਬੋ ਹੋ ਜਾਣਾ। ਦਰਜਨ ਦਾ ਕੀ ਡਿਸਕਾਊਂਟ ਆ? ਦਰਜਨ ਦਾ ਡਿਸਕਾਊਂਟ ਦਿਓ ਜੀ, ਡਿਸਕਾਊਂਟ ਤਾਂ ਚਾਹੀਦਾ ਨਾ। 100 ਰੁਪਏ ਦੇ 12 ਮਿਲ ਜਾਣਗੇ ਇਹ। ਡੋਰ ਦੇ ਨਾਲ ਚੜ੍ਹਦੀ ਪਤੰਗ ਦੇ ਨਾਲ ਆਪਣਾ ਬਜਟ ਆ ਵਾਲਾ ਆਓ ਦੇਖੋ ਜੀ, ਮਿਕਸ ਹੋਣ ਲੱਗ ਪਿਆ ਵਾ ਦਰਜਨ ਪਤੰਗਾਂ ਦੀ। ਕਿਹੜੀਆਂ ਫੇਰ ਵਾਰੀ ਕਰਦੇ ਕੀ ਹੁਣ ਕੀ? ਨਹੀਂ ਨਹੀਂ ਕਿੰਨੇ ਹੋਏ? 10 ਹੋ ਗਏ ਜੀ, 12 ਕਰਨੇ ਵਾਲੇ। ਇੱਕ ਲੋਹੜੀ ਆ ਤੇ ਇੱਕ ਹੋਰ ਕਿਹੜਾ ਸੀ? ਪਤੰਗ ਹੋ ਗਿਆ ਹੁਣ
ਲਫਾਫੀਆਂ ਵੀ ਲੈਣੀਆਂ ਕਿਹੜੀਆਂ ਭਾਈ ਉਹ ਸਹੀ ਅੱਛਾ ਇਹਨੂੰ ਲਫਾਫੀਆਂ ਕਹਿੰਦੇ ਆ ਉਹ ਬਾਹਰ ਵੀ ਲੱਗੀਆਂ ਲਫਾਫੀਆਂ ਹਾਂਜੀ ਹੁਣ ਅਸੀਂ ਲਫਾਫੀ ਦੇਖਣ ਜਾ ਰਹੇ ਲਫਾਫੀ ਵਾਲਾ ਪਤੰਗ ਮੈਂ ਪਹਿਲੀ ਵਾਰੀ ਸੁਣਿਆ ਕਿਹੜਾ ਲਫਾਫੀ ਦਿਖਾਓ ਜੀ ਸਾਨੂੰ ਜਰਾ ਕੈਮਰਾ ਕਰੋ ਦੇਖਿਓ ਟਿਊਸ਼ਨ ਵਾਲੇ ਆ ਦੇਖ ਲਓ ਜੀ ਟਿਊਸ਼ਨ ਦੀ ਮੈਡਮ ਚੈੱਕ ਕਰੋ ਜਰਾ ਮੁੰਡੇ ਨਹੀਂ ਮੈਂ ਵੀ ਹੈਗਾ ਜੀ ਨਾਲ ਹੀ ਜਾਂਦਾ ਮੈਂ ਵੀ ਇਹ ਵੀ ਨਾਲ ਹੀ ਆ ਤੈਨੂੰ ਕਿਹੜੇ ਲਫਾਫੀ ਵਾਲੇ ਪਤੰਗ ਆ ਜੀ ਇਹ ਲਫਾਫੀ ਇਹਨੂੰ ਕਹਿੰਦੇ ਆ ਲਫਾਫੀ ਵਾਲੇ ਪਤੰਗ ਕਿੰਨੇ ਕਿੰਨੇ ਦਾ ਇਹ ਲਫਾਫੀ ਵਾਲੇ ਕਿੰਨੇ ਦਾ ਵਾ ਪੰਜ ਰੁਪਏ ਦਾ ਜੀ ਇਹ ਲਫਾਫੀ ਵਾਲਾ ਪਤੰਗ ਇਹ ਮੋਬਾਈਲ ਚ ਹਿਸਾਬ ਵੀ ਲਾ ਰਹੇ ਹੌਲੀ ਹੌਲੀ ਪੈਸੇ ਬੈਲੈਂਸ ਕਿੰਨਾ ਰਹਿ ਗਿਆ ਨਹੀਂ ਨਹੀਂ ਬਜਟ ਬਹੁਤ ਜ਼ਿਆਦਾ ਆ ਜ਼ਿਆਦਾ ਹੀ ਆ ਬਾਈ ਮੈਂ ਕਹਿੰਦਾ ਦੁਕਾਨ ਅੱਧੀ ਆ ਗਈ ਆਪਾਂ ਖਰੀਦ ਲਈ ਆ ਅੱਧੀ ਕੱਲ ਖਰੀਦ ਕੇ ਜਾ ਲੋ ਜੀ ਵੀ ਪੰਜ ਵਾਲੇ ਆ ਗਏ ਦੋ ਚੈੱਕ ਕਰੋ ਯਾਰ ਇਹ ਕੀ ਰੇਟ ਆ ਡੋਰ ਦਾ ਰੱਖੜੀ ਦਾ ਸਾਢੇ ਪੰਜ ਸੌ ਹਜ਼ਾਰ ਮੀਟਰ ਸਿੰਪਲ ਆ ਨਾ ਇਹ ਹੈਗਾ ਜੀ ਸਾਢੇ ਚਾਰ ਸੌ ਤੇ ਇਹ ਵਾਲੀ ਡੋਰ ਨਾਲ ਹੀ ਸਾਰਿਆਂ ਨੇ ਪਤੰਗ ਚੜਾਣੀ ਆਮ ਡੋਰ ਹੈਗੀ ਹੈ ਜੀ ਇਹ ਇਹਨੂੰ ਅਸੀਂ ਪਲਾਸਟਿਕ ਵਾਲੀ ਜਾਂ ਚਾਈਨੀਜ਼ ਡੋਰ ਨਹੀਂ ਹੈਗੀ ਇਹ ਬਿਲਕੁਲ ਅਸਲੀ ਔਰ ਵਧੀਆ ਜਿਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਉਹੀ ਹੈ ਨਾ ਬਿਨਾਂ ਨੁਕਸਾਨ ਵਾਲੀ ਹਾਂ ਬਸ ਠੀਕ ਆ ਕਿੰਨੇ ਦੀ ਦੱਸੀ ਇਹ ਸਾਢੇ ਚਾਰ ਸੌ ਇਹ ਕਿੰਨੀ ਹੁੰਦੀ ਆ ਅੱਛਾ ਠੀਕ ਆ ਇੱਕ ਹੋਰ ਦਿਓ ਜੀ ਮੁੰਡੇ ਨੂੰ ਕੋਈ ਕਰਾਇਆ ਪਤੰਗ ਸਾਡੇ ਵੱਲੋਂ ਸੌ ਵਾਲਾ ਪਾਕਿਸਤਾਨੀ ਪਤੰਗ ਹੋਣ ਲੱਗਾ ਜੀ ਇੱਕ ਆਖਰੀ ਲਾਸਟ ਪਤੰਗ ਲੋ ਜੀ ਪਾਕਿਸਤਾਨੀ ਪਤੰਗ ਆ ਗਿਆ ਇਹ ਨਹੀਂ ਆ ਮੈਂ ਤਾਂ ਕਿਹਾ ਕਰੇ ਇਹ ਆਇਆ ਇਹ ਵੀ ਨਹੀਂ ਆ ਅੱਛਾ ਇਹ ਆ ਪਾਕਿਸਤਾਨੀ ਪਤੰਗ ਲਓ ਯਾ ਆਇਆ ਜੀ ਪਾਕਿਸਤਾਨੀ ਪਤੰਗ ਹੋਰ ਕੱਢ ਲਓ ਪੀਸ ਕੋਈ ਰੋਹਨ ਤਿਵਾਰੀ ਪਿੱਛੇ ਬੈਠਾ ਜੀ ਪਤੰਗ ਲੈ ਕੇ ਤੇ ਅਸੀਂ ਜਾ ਰਹੇ ਹਾਂ ਐਕਟਿਵਾ ਦੇ ਏਡੇ ਵੱਡੇ ਪਤੰਗ ਲੈ ਲਏ ਕਿ ਮੈਂ ਹੀ ਨਹੀਂ ਦੇਖਦਾ ਆਵਾਜ਼ ਆ ਰਹੀ ਆ ਬੋਲੀ ਪਤਾ ਤੇ ਬਸ ਹੁਣ ਪਹੁੰਚਣ ਵਾਲੇ ਆ ਤਿਵਾਰੀ ਦੇ ਘਰ ਤੇ ਉੱਥੇ ਛੱਡ ਕੇ ਪਤੰਗ ਪੇ ਚੱਲਦੇ ਹਾਂ ਪਤੰਗਾਂ ਦਾ ਸ਼ੂਟ ਚੱਲ ਰਿਹਾ ਆ ਉਹ ਦੇਖੋ ਜਰਾ ਪਿੱਛੇ ਤੇ ਲੋਹੜੀ ਦੀ ਜਿਹੜੀ ਸ਼ੋਪਿੰਗ ਕੀਤੀ ਗਈ ਆ ਲੋਹੜੀ ਵਾਲਾ ਪਤੰਗ ਵੀ ਤੁਹਾਨੂੰ ਦਿਖਾ ਦਈਏ ਆਹ ਦੇਖੋ ਉਠਾ ਰਿਹਾ ਚਾਰ ਫੁੱਟ ਦਾ ਤਾਂ ਪਤੰਗ ਹੀ ਇਹ ਲੋਹੜੀ ਵਾਲਾ ਪਤੰਗ ਆ ਬਹੁਤ ਵੱਡਾ ਪਤੰਗ ਤੇ ਕਾਫੀ ਪਤੰਗ ਆ ਜੀ ਤੇ ਪਿੱਛੇ ਵੀ ਇੱਧਰ ਪਏ ਹੋਏ ਪਤੰਗ ਪਤੰਗ ਵੀ ਪਤੰਗ ਹੋਏ ਪਏ ਅੱਜ ਤਾਂ ਸਾਰੇ ਪਤੰਗ ਹੀ ਆ ਜੀ ਰੇਲਵੇ ਮੰਡੀ ਵਾਲੀ ਸਾਈਡ ਇਹ ਰੇਲਵੇ ਮੰਡੀ ਵਾਲੀ ਸਾਈਡ ਪਤੰਗ ਉੱਡ ਰਹੇ ਆ ਤੇ ਆ ਬੰਦਾ ਹੁਣ ਕੋਠਾ ਟੱਪ ਰਿਹਾ ਆ ਤੇ ਆਇਆ ਜੀ ਕਲੈਕਸ਼ਨ ਪਤੰਗਾਂ ਦੀ ਲੋਹੜੀ ਵਾਲੇ ਦਿਨ ਫਿਰ ਵਧੀਆ ਬਲੌਗ ਬਣੂਗਾ ਲੋਹੜੀ ਵਾਲੇ ਦਿਨ ਤੁਹਾਨੂੰ ਦਿਖਾਵਾਂਗੇ ਸਾਰੇ ਜਿਹੜੇ ਪਤੰਗ ਆ ਇਹ ਚੜਾਵਾਂਗੇ ਤੇ ਤੁਹਾਡੇ ਨਾਲ ਲੋਹੜੀ ਵੀ ਇੰਜੋਏ ਕਰਾਂਗੇ ਲੋਹੜੀ ਵਾਲਾ ਬਲੌਗ ਵੀ ਦੇਖਣਾ ਨਾ ਭੁੱਲਿਓ ਤੇ ਆਹ ਵਾਲਾ ਵੀਡੀਓ ਜਿਹੜੀ ਤੁਸੀਂ ਦੇਖੀ ਆ ਉਹਦਾ ਬਹੁਤ ਬਹੁਤ ਥੈਂਕ ਯੂ ਮਿਲਦੇ ਆ ਹੁਣ ਲੋਹੜੀ ਦੇ ਬਲੌਗ ਦੇ ਵਿੱਚ